ਮੈਨੇਜਰ ਕੋ। ਟਰੀ ਦਰਸ਼ਨ ਕੁਮਾਰ ਸਫਾਈ ਕਰਮਚਾਰੀ ਯੂਨੀਅਨ ਕਠੂਆ। ਸ਼ਹਿਰ ਦੇ ਵਿੱਚ ਇੰਨੀ ਗੰਦਗੀ ਫੈਲੀ ਚੁੱਕੀ ਦੀ ਆ ਕੋਈ ਹਿਸਾਬ ਨਹੀਂ, ਲੇਕਿਨ ਸਾਡੀ ਜਿਹੜੀ ਇੱਥੋਂ ਦੇ MLA ਚੁਣੀਏ ਗਏ ਦੇ ਆ, ਇੱਥੋਂ ਦੀ ਐਡਮਿਨਿਸਟ੍ਰੇਟਰ ਆ, ਜਿਹੜੇ ਸਾਡੇ GNK ਗੌਰਮੈਂਟ ਆ, ਉਹਨਾਂ ਦੀ ਬਿਲਕੁਲ ਸਾਡੀ ਕੋਈ ਫਿਕਰ ਨਹੀਂ ਹੈ, ਕੋਈ ਸੁਧੀ ਲੈਣ ਵਾਲਾ ਕੋਈ ਨਹੀਂ ਹੈ। ਤੁਸੀਂ ਦੇਖੋ ਕਿ ਕਿੰਨੀ ਕੁ ਮਹਿੰਗਾਈ ਇਸ ਵਕਤ, ਇੰਨੀ ਮਹਿੰਗਾਈ ਆ, 9000 ਰੁਪਏ ਕਿੰਨੇ ਕਿਆਂ ਗੁਜ਼ਾਰਾ ਕਰਗੇ, ਆਪਣਾ ਜਨਮ ਮਰਨ ਕਰਗੇ, ਫਿਰ ਬੱਚੇ ਪੜ੍ਹਾਗਾ, ਰੋਟੀ ਪੂਰੀ ਕਰਗਾ। ਅੱਜ ਕੱਲ੍ਹ ਮਜ਼ਦੂਰ ਵੀ 500-600 ਰੁਪਈਆ ਦਿਹਾੜੀ ਲੇਰਦਾ, ਇਹਨਾਂ ਕੀ ਇੱਕ 300 ਰੁਪਈਆ ਦਿਹਾੜੀ ਦੇਰਦੇ। 300 ਰੁਪਏ ਕਹਿੰਦੇ ਜਿਸ ਦਿਨ ਕੋਈ ਬਿਮਾਰ ਹੋ ਜਾਂਦਾ, ਨਹੀਂ ਕੰਮਾਂ ਪਰ ਆਉਂਦਾ, ਉਸ ਦਿਨ ਉਹਦੀ ਐਬਸੈਂਟ ਲਾਈ ਜਾਂਦੇ, ਉਹ ਵੀ ਨਹੀਂ ਹੋਣਾ ਦਿਹਾੜੀ ਮਿਲਦੀ ਹੈ। ਕਿਆਂ ਗੁਜ਼ਾਰਾ ਕਰਿਆ ਦੇ, ਕਿਆਂ ਨਹੀਂ ਕਰਿਆ ਦੇ, ਗੁਜ਼ਾਰਾ ਬੜੀ ਮੁਸ਼ਕਲ ਦੇ ਵਿੱਚ ਇਸ ਡੇਲੀ ਵਿਜਨ। ਫਿਰ ਆਈ ਤਾਂ ਹੀ ਆਈ, ਇਹਦੇ ਕੋਲ ਇੱਕੋ ਹਥਿਆਰ ਆ ਕਿ ਹੜਤਾਲ ਕਰਨੀ, ਤਰਤਾਲ ਕਰਨੀ, ਤਰਤਾਲ ਕਰਨੇ ਕਿ ਜਾਗਰੂਕ ਕਰਨਾ ਲੋਕਾਂ ਕੀ ਕਿ ਅਸ ਸਫਾਈ ਕਰਮਚਾਰੀ ਬੜੇ ਭੁੱਖੇ ਹਾਂ ਇਸ ਵਕਤ, ਆਤਾ ਪਰਾਈਏ ਦੇ ਹਾਂ ਕਿ ਸਾਡੇ ਕੋਲ ਕੋਈ ਹੋਰ ਸਾਧਨ ਨਹੀਂ ਹੈ, ਇੱਕੋ ਸਾਧਨ ਆ ਕਿ ਹੜਤਾਲ ਦਾ ਸਾਧਨ ਆ ਕਿ ਅਸ ਇੱਥੇ ਬੈਠੇ ਦੇ ਹਾਂ ਕਿ ਸਾਡੀ ਕੋਈ ਤਰ੍ਹਾਂ ਕਰਨੇ ਕੋਈ ਸੁਣਾਈ ਹੋਣੀ ਚਾਹੀਦੀ ਆ ਮੀਡੀਆ ਕੇ ਮਾਧਿਅਮ ਕਰਨੇ। ਔਰ ਮੀਡੀਆ ਕੀ ਮੈਂ ਆਖਣਾ ਚਾਹੁੰਦਾ ਕਿ ਤੁਸੀਂ ਦੇਖੋ ਕਿ ਅਸ ਕਿੰਨੀਆਂ ਹੜਤਾਲਾਂ ਕਰੀ ਚੁੱਕੇ ਹਾਂ, ਘੱਟ ਤੋਂ ਘੱਟ ਕੋਈ 10-12 ਹੜਤਾਲਾਂ ਕਰੀ ਚੁੱਕੇ ਹਾਂ, ਕੋਈ ਸੁਣਾਈ ਨਹੀਂ ਹੋਰਦੀ ਹੈ। ਸਾਲ ਬਾਅਦ 6 ਮਹੀਨੇ ਬਾਅਦ ਕਦੀ ਡਿੱਕੋਂ ਕਰਨੇ ਮਿਲਾਈ ਦਿੰਦੇ, ਕਦੀ ਕਿਸੇ ਕਰਨੇ ਮਿਲਾਈ ਦਿੰਦੇ, ਉਹ 2 ਦਿਨ ਵਾਸਤੇ, 5 ਦਿਨ 'ਚ ਤੁਹਾਡਾ ਮਸਲਾ ਹੱਲ ਹੋ ਜਾਗ, ਮੁੜੀਏ ਕੁਛ ਵੀ ਨਹੀਂ, ਤੁਹਾਡੀ ਫਾਈਲ ਇੱਥੇ ਪੁੱਜੀ ਜੀ, ਉਹ ਫਾਈਲ ਕੱਖ ਵੀ ਨਹੀਂ ਕਰਦੀ, ਫਾਈਲ ਉੱਥੇ ਦੀ ਉੱਥੇ ਆਈ ਦੀ, ਕੁਛ ਵੀ ਨਹੀਂ ਹੋਰਦਾ। ਇਸ ਕਰੀਏ ਮੈਂ ਗਲਾਨਾ ਚਾਹੁੰਦਾ ਆਪਣੇ ਸ਼ਹਿਰ ਵਾਸੀਆਂ ਦੀ ਕਿ ਡੇਂਗੂ ਵੀ ਫੈਲੇ ਚੁੱਕੇ ਦਾ ਬੜਾ ਜ਼ਿਆਦਾ, ਤੁਸੀਂ ਲੋਕ ਵੀ ਸੜਕਾਂ ਉੱਪਰ ਆਓ, ਤੁਸੀਂ ਲੋਕ ਵੀ ਸਾਡਾ ਸ਼ਹਿਰਦਾਰੀ ਜਿੰਨੇ ਵੀ ਸਾਡਾ ਸਾਥ ਦਿਓ ਕਿ ਤਾਂ ਕਿ ਇਹ ਹੜਤਾਲ ਜਿਹੜੀ ਜਲਦੀ ਤੋਂ ਜਲਦੀ ਚੁੱਕੇ, ਅਸੀਂ ਸਫਾਈ ਕਰਮਚਾਰੀ ਮੁੜੀਏ ਸਫਾਈ ਕਰੀਏ, ਅਤੇ ਇਸ ਮਤਲਬ ਕਿ ਹੜਤਾਲ ਜਿਹੜੀ ਹੈ ਸਾਡੀ ਕਾਮਯਾਬ ਹੋਏ, ਅਤੇ ਜਿਹੜੇ ਭੁੱਖੇ ਮਰੇ ਅਰਦੇ ਸਫਾਈ ਕਰਮਚਾਰੀ ਇਹ ਵੀ ਕਿਤੇ ਰੱਜੀ ਰੋਟੀ ਖਾਣੇ ਵਾਲੇ ਬਣਨ। ਬਹੁਤ ਬੁਰੀ ਹਾਲਤ ਹੈ ਨਾ ਇਹਨਾਂ ਦੀ, ਅਤੇ ਇਸ ਕਰੀਏ ਸਾਰੇ ਲੋਕਲ ਬਾਡੀ ਜਿੰਨੀਆਂ ਵੀ ਹੈ ਸਾਰੀਆਂ, ਇਕੱਲਾ ਕਠੂਆ ਨਹੀਂ ਬੈਠੇ ਦਾ, ਸਾਰੀਆਂ ਕਮੇਟੀਆਂ ਬੈਠੀ ਦੀਆਂ, ਇਸ ਕਰੀਏ ਅਸ ਜਿੰਨੀ ਵੀ ਲੋਕਲ ਬਾਡੀ ਹੈ ਸਾਰਿਆਂ ਦਾ ਸਾਥ ਦੇ ਰਹੇ ਨੇ, ਕਠੂਆ ਸਾਰਿਆਂ ਸਾਥ ਦੇ ਰਹੇ ਨੇ, ਇਹ ਨਹੀਂ ਕੁਛ ਸੋਚਿਆ ਕਿ ਇਕੱਲਾ ਕਠੂਆ ਬੈਠੇ ਦਾ, ਸਾਰੀਆਂ ਕਮੇਟੀਆਂ ਬੈਠੀ ਦੀਆਂ ਸਾਰਿਆਂ ਦਾ ਸਾਥ ਦੇ ਰਹੇ ਨੇ। ਔਰ ਅਸ ਥੋੜ੍ਹੇ ਦਿਨ ਬਾਅਦ ਸਲਾਹ ਕਰਿਆ ਰਹੇ ਕਿ ਅਗਰ ਕੋਈ ਸਲਾਹ ਕੋਈ ਹੱਲ ਨਹੀਂ ਹੋਇਆ ਤਾਂ ਇਹ ਜਿਹੜਾ ਪ੍ਰਦਰਸ਼ਨ ਹੈ ਇਹ ਬਿਲਕੁਲ ਉਗਰੋ ਹੀ ਜਾਣਾ ਆ, ਹੋ ਸਕਦਾ ਕਿ ਸਾਨੂੰ ਸੜਕਾਂ ਪਰ ਨਹੀਂ ਉਤਰਨੇ ਪਏ, ਹੋ ਸਕਦਾ ਕਿ ਸਾਨੂੰ ਕੋਈ ਨਵੇਂ ਪਲੈਨਿੰਗ ਨਾ ਬਣਾਉਣੇ ਪੈਣ। ਤੁਹਾਡੇ ਸਾਹਮਣੇ ਦੇਖ ਲਓ ਕਿ ਮੈਂ ਮੀਡੀਆ ਦੇ ਮਾਧਿਅਮ ਕਹਿੰਦੇ ਹੁਣ ਵੀ ਗਲਾਉਣਾ ਚਾਹੁੰਦਾ ਕਿ ਤੁਸੀਂ ਦੇਖੋ ਕਿ ਖੁਸ਼ਹਾਲੀ ਕਿੰਨੀ ਕੁ ਹੈ, ਅਗਰ ਖੁਸ਼ਹਾਲੀ ਹੋਏ ਤਾਂ ਇੱਥੇ ਸੜਕਾਂ ਪਰ ਬੈਠੀਏ, ਇੱਥੇ ਦਰੀਆਂ ਪਾਈਏ, ਦਫ਼ਤਰਾਂ ਦੇ ਵਿੱਚ ਬੈਠੀਏ, ਇਹ ਖੁਸ਼ਹਾਲੀ ਹੈ ਸਾਨੂੰ ਦਿੱਤੀ ਦੀ ਨਹੀਂ। ਕਿੰਨੀਆਂ ਕਿੰਨੀਆਂ ਬਿਮਾਰੀਆਂ ਲੱਗੀ ਦੀਆਂ ਲੋਕਾਂ ਦੀ ਕਿ ਇਸ ਗੰਦਗੀ ਕਹਿੰਦੇ ਬਿਮਾਰੀਆਂ ਨਹੀਂ ਲੱਗਣੀਆਂ ਤਾਂ ਕਿਉਂ ਨਾ ਦਵਾਈ ਪੂਰੀ ਕਰਨਗੇ ਆਪਣੀ, ਉਹ ਤਾਂ ਰੋਟੀ ਪੂਰਨਗੇ, ਬੱਚਿਆਂ ਹੀ ਪੜ੍ਹਾਉਣਗੇ, ਇੰਨੀ ਮਹਿੰਗਾਈ ਹੈ, ਤੁਸੀਂ ਸਬਜ਼ੀ ਲੈਣ ਜਾਓ, ਗੋਭੀ ਲੈਣ ਜਾਓਗੇ ਤਾਂ 100-150 ਰੁਪਏ ਕਿਲੋ ਥੱਲੇ ਗੋਭੀ ਨਹੀਂ ਮਿਲਿਆ ਅਰਦੀ, ਕੋਈ ਸਬਜ਼ੀ ਐਸੀ ਨਹੀਂ ਕਿ ਜਿਹੜੀ ਸਬਜ਼ੀ 100 ਰੁਪਏ ਕਿਲੋ ਥੱਲੇ ਨਹੀਂ ਮਿਲਿਆ ਅਰਦੀ, ਇਹ ਖੁਸ਼ਹਾਲੀ ਹੈ ਸਾਨੂੰ ਮਿਲਿਆ ਅਰਦੀ, ਤੁਸੀਂ ਦੱਸੋ ਆਪੋ ਇੰਨੀ ਬੁਰੀ ਹਾਲਤ ਹੈ। ਬਾਲਮੀਕ ਸਮਾਜ ਕੀ ਕਰਗੇ, ਬਾਲਮੀਕ ਸਮਾਜ ਉਹਨਾਂ ਤੱਕ ਹੀ ਜਿੰਨਾ ਤੱਕ ਇਹਦੀ ਰੈਲੀ ਆਉਂਦੀ ਆ, ਆਖਦੇ ਜੀ ਬਾਲਮੀਕ ਸਮਾਜ ਕੀ ਆ, ਅਸੀਂ ਇਹ ਕੁਛ ਦੇ ਦਿੱਤਾ, ਫਲਾਣ ਦੇ ਦਿੱਤਾ, ਸਿਰਫ ਰੈਲੀ ਦੇ ਵਿੱਚ ਸੁਣਾਉਣੇ ਹੀ ਦੇ ਦਿੰਦੇ ਆ, ਲੇਕਿਨ ਜਿਹੜਾ ਜ਼ਮੀਨ ਲੈਵਲ ਉੱਪਰ ਆ ਉਹ ਕੁਛ ਵੀ ਨਹੀਂ ਹੈ, ਜ਼ਿੰਦਗੀ ਕੋਈ ਬਦਲਾਵ ਨਹੀਂ ਆਇਆ, ਕੋਈ ਬਦਲਾਵ ਨਹੀਂ ਆਇਆ, ਕੁਛ ਵੀ ਨਹੀਂ, ਤੁਹਾਡੇ ਸਾਹਮਣੇ ਹੀ ਹੈ, ਤੁਸੀਂ ਆਪੋ ਦੇਖੋ, ਲੋਕ ਵੀ ਮੀਡੀਆ ਹੀ ਦੇਖਿਆ ਅਰਦੇ, ਜੇ ਬਾਲਮੀਕ ਸਮਾਜ ਕਹਿੰਦੇ ਕੁਛ ਹੋਗ ਵੀ ਤਾਂ ਉਹ ਆਪਣੇ ਆਪ ਲੱਭੀ ਜਾਣਾ ਸਾਰਾ ਕੁਛ।
ਅੱਜ ਸੜਕਾਂ ਪਰ ਦੇਖੋ ਕਿੰਨਾ ਗੰਦ ਪਏਦਾ, ਕਿੰਨੀ ਬੁਰੀ ਹਾਲਤ ਹੈ। ਅਗਰ ਵਾਲਮੀਕ ਸਮਾਜ ਖੁਸ਼ਹਾਲ ਹੋ ਗਏ ਤਾਂ ਸੜਕਾਂ ਕਹਿ ਗੰਦ ਪਏਦਾ, ਗਲੀਆਂ 'ਚ ਕਹਿ ਗੰਦ ਪਏਦਾ, ਕਹਿ ਇੰਨੀ ਬੁਰੀ ਹਾਲਤ ਹੋਈ ਦੀ ਹੈ। ਔਰ ਦੇਖੋ ਕਿ ਇੰਨੇ ਮੁਲਾਜ਼ਮ ਇੱਥੇ ਕਠੂਏ ਦੇ ਵਿੱਚ ਘੱਟ ਆ, ਕੋਈ ਹਿਸਾਬ ਹੀ ਨਹੀਂ। ਫਿਰ ਵੀ ਆਹੀ ਇੱਕ ਇੱਕ ਬੰਦੇ ਨੇ ਤਰ੍ਹਾਂ ਤਰ੍ਹਾਂ ਲਾ ਕੇ ਸਾਂਭੇ ਦੇ, ਫਟੀਕਾਂ ਅਲੱਗ ਕਰਨੀਆਂ, ਲਾ ਕੇ ਅਲੱਗ ਅਲੱਗ ਕਰਨੇ, ਔਰ ਇੰਨਾ ਕੁ ਜ਼ਿਆਦਾ ਮਿਹਨਤ ਕਰਿਆ ਦੇ ਕੋਈ ਹਿਸਾਬ ਹੀ ਨਹੀਂ, ਲੇਕਿਨ ਫਿਰ ਵੀ ਕੋਈ ਸੁਣਾਈ ਨਹੀਂ ਹੈ। जैसे कि आपने बताया कि एक हफ्ते से स्ट्राइक चल रही है, तो इनके कुछ इश्यूज थे जो रेगुलराइजेशन के लिए थे कि जो कैजुअल एम्प्लॉयज हैं उनको रेगुलराइज किया जाए। जो इश्यूज जो हैं कि एडमिनिस्ट्रेटिव डिपार्टमेंट के लेवल के हैं, हमारे लेवल के नहीं हैं, फिर भी हमारी इनसे डेली बातचीत चल रही है कि एडमिनिस्ट्रेटिव डिपार्टमेंट से भी इनको आश्वासन है कि जो भी होगा, क्योंकि अब न्यू गवर्नमेंट बनी है वो टाइम लेगी थोड़ा काम, जो ऑर्डर कोई इशू भी करने हैं, अगर कोई मैटर टेकअप करना है तो उसमें थोड़ा टाइम पीरियड लगेगा। तो इनकी डेलिब्रेशंस जो हैं डायरेक्टर लेवल पे भी चल रही हैं और एडमिनिस्ट्रेटिव डिपार्टमेंट के लेवल पे भी चल रही हैं, तो डेली इनकी मीटिंग्स भी हो रही हैं। तो होपफुली जो इन्होंने कल इनकी कमिश्नर सेक्रेटरी मैम से मीटिंग हुई थी, कल जम्मू आए थे तो उनसे कल इनकी मीटिंग हुई है, तो उन्होंने आज भी इनको बुलाया हुआ है। तो होपफुली देखेंगे कि आज जो मैटर है वो रिजॉल्व हो जाएगा, और इन्होंने हमें आश्वासन भी दिया है कि आज हम मैटर रिजॉल्व करके जो भी होगा फाइनली हम कल से काम करना स्टार्ट कर देंगे। अगर इन केस अगर कुछ नहीं होता है तो अल्टरनेटली फिर हम डीसी साहब से डिस्कशन करके कि देखते हैं इसको कैसे रिजॉल्व किया जाएगा।